खान देना नहीं, कोलों हस के लेखा जान देना नहीं, मुड़का बनाया बड़ा खून का आवास बैठे आ जेडे जिंदा ने जित के हटांगे वड्डे शहर नू पला मुंडे असी निके निके पिंडा दे पला मुंडे असी निके निके पंडा दे हंकारी शहर नू जितना है योदेओ बुलाओ फते वाहेगुरु जी का खालसा वाहेगुरु जी की फतेह। अज मैं जिहड़ियां दो गल्लां तुहाडे नाल करना आ बड़े भरे मन नाल आया तड़के 9 बजे असी ब्रिटिश कौंसल यूके दे लंगर कोलों इस किसानी संघर्ष के 55वें शहीद शमशेर सिंह लिदड़ा संगरूर की लाश में मैं एंबूलेंस लद के पंजाब वल नूं तोर के तुहाडे कोले पहुंचिया। असी हर रोज़ अपनियां जानां गवा रहे हैं वीरो, असी दो हुण तां दो भी औरत पैण लग गई पर दे दो बंदे साडे जिहड़े आ ਉਹ ਸਰਕਾਰ ਕਤਲ ਕਰ ਰਹੀ ਆ। ਜਿਹੜੇ ਕਹਿੰਦੇ ਆ ਪਿਕਨਿਕ ਮਨਾਉਣ ਗਏ ਆ, ਜਿਹੜਾ ਮੀਡੀਆ ਚਾਰਕ ਨੱਚਦੇ ਮੁੰਡਿਆਂ ਨੂੰ ਵਿਖਾ ਕੇ ਕਹਿੰਦਾ ਇਹ ਉੱਥੇ ਪਿਕਨਿਕ ਮਨਾ ਰਹੇ ਆ, ਇਹਨਾਂ ਦੇ ਲੰਗਰਾਂ ਤੇ ਕਟਾਕਸ਼ ਕਰਦਾ ਸਾਡਿਆਂ ਤੇ, ਉਹ ਸਾਡੇ ਅੱਜ ਮੀਂਹ ਨਾਲ ਚੁੰਦੇ ਟੈਂਟਾਂ ਦੇ ਵਿੱਚ ਸਾਡੀਆਂ ਲਾਸ਼ਾਂ ਕਿਉਂ ਨਹੀਂ ਵਿਖਾ ਰਿਹਾ? ਜੇ ਸਾਡੇ ਤੇ ਕਿਸੇ ਦਾ ਵਿਰੋਧ ਕਰਨ ਤੇ 307 ਦੇ ਪਰਚੇ ਹੋ ਰਹੇ ਆ ਤਾਂ ਇਸ ਗੌਰਮੈਂਟ ਤੇ ਇਸ ਮੋਦੀ ਤੇ ਸਮਿਤ ਸ਼ਾਹ ਤੇ ਕਦੋਂ ਪਰਚੇ ਹੋਣਗੇ? हर रोज साडा एक बंदा दो बंदे सरकार मार रही आ। दूजी बेनती मैं उन्होंने नौजवानों कर रहा, टाइम थोड़ा करके मैं गल छेती थोनू कहनी चाहना भी यार जेडे एक बंद दिखा के साडे ते लांभा आउंदा ना पिकनिक वाला जेडे रात नू तुसी नचदे हो थोड़े एक मुंडे यार भाई आपां किहड़े चाज नचदे आ यार, हर रोज साडे मुंडे मर रहे आ, हर रोज साडे बजुर्ग शहीदियां पा रहे आ यार, क्यों असी संघर्ष नू ਕਿਸੇ ਹੋਰ ਪਾਸੇ ਤੋਰ ਰਹੇ ਆ? ਕਿਉਂ ਅਸੀਂ ਲਾਂਭੇ ਖੱਟ ਰਹੇ ਆ ਵੀਰੋ ਯਾਰ? ਕਿਹੜੀਆਂ ਗੱਲਾਂ ਦਾ ਸਾਨੂੰ ਚਾਅ ਚੜਿਆ ਯਾਰ? ਆ ਸਾਡੀਆਂ ਮਾਈਆਂ ਦਾ ਅਸੀਂ ਕਿਉਂ ਅੰਤ ਲੈਣ ਲੱਗੇ ਆ? ਸਾਰਾ ਦਿਨ ਸਾਨੂੰ ਲੰਗਰ ਪਕਾ ਕੇ ਦਿੰਦੀਆਂ, 20 ਲੱਖ ਬੰਦੇ ਨੂੰ ਰੋਟੀ ਪਕਾ ਕੇ ਦਿੰਦੀਆਂ, 2 ਘੰਟੇ ਅਸੀਂ ਇਹਨਾਂ ਨੂੰ ਸੌਣ ਨਹੀਂ ਦਿੰਦੇ, ਅਸੀਂ ਡਿੱਕ ਲਾ ਕੇ 10 ਵਜੇ ਅਸੀਂ ਲੱਕਰੇ ਮਾਰਨ ਲੱਗ ਜਾਂਦੇ ਹਾਂ, ਕਿਹੜੇ ਚਾਅ ਯਾਰ? ਸਾਨੂੰ ਵੀ ਮਾੜੀ ਜੀ ਗੌਰ ਕਰਨ ਦੀ ਮੇਰੇ ਭਰਾਓ ਲੋੜ ਆ। ਮਿਹਨਤ ਵਾਲੀ ਗੱਲ ਆ, ਫਿਰ ਤੁਸੀਂ ਗੁੱਸਾ ਕਰਦੇ ਹੋ ਜੇ ਤੁਹਾਨੂੰ ਜਾ ਕੇ ਟੋਕਦੇ ਆ ਜਾਂ ਜਥੇਬੰਦੀਆਂ ਵਾਲੇ ਬਾਈ ਕਹਿੰਦੇ ਨੇ ਜਾਂ ਕੋਈ ਹੋਰ ਤੁਹਾਨੂੰ ਜਾ ਕੇ ਕਹਿੰਦਾ, ਪਰ ਆਪ ਹੀ ਸੋਚ ਲਓ ਯਾਰ ਇੰਨਾ ਕੁ ਤਾਂ ਅਸੀਂ ਕਿਹੇ, ਅਸੀਂ 70 ਤੇ ਬੈਠੇ ਹਾਂ ਯਾਰ, ਬਰੂਦ ਦੇ ਢੇਰ ਤੇ ਬਹਿ ਕੇ ਅਸੀਂ ਭੰਗੜੇ ਪਾਉਂਦੇ ਸੋਹਣੇ ਲੱਗਦੇ ਹਾਂ ਯਾਰ। ਵੀਰ ਬਣ ਕੇ ਗੱਲ ਨੂੰ ਥੋੜ੍ਹੀ ਜਿਹੀ ਗੰਭੀਰਤਾ ਨਾਲ ਲਓ, ਮੋਰਚੇ ਨੂੰ ਮੋਰਚਾ ਬਣਾ ਕੇ ਲੜੀਏ। ਅਸੀਂ ਬਰੂਦ ਦੇ ਢੇਰ ਤੇ ਬੈਠੇ ਹਾਂ, ਅਸੀਂ 26 ਨੂੰ ਗਾਹ ਜਾਣਾ, ਉਹਦੀ ਤਿਆਰੀ ਕਰੀਏ, ਅਸੀਂ ਨੱਚਣ ਵਾਲਾ ਕੰਮ ਨਾ ਕਰੀਏ ਮੇਰੇ ਵੀਰ, ਬੜੇ ਸਿਆਣੇ ਹੋ ਕੇ ਇੱਥੇ ਲੜਨ ਦੀ ਲੋੜ ਆ। ਮੈਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦਾ ਪਰ ਇਹ ਜ਼ਰੂਰ ਤੁਹਾਡੇ ਅੱਗੇ ਚਰਨਾਂ 'ਚ ਬੇਨਤੀ ਨੌਜਵਾਨਾਂ ਦੇ ਕਰਦਾ ਵੀ ਨਾ ਯਾਰ ਇਹ ਕੰਮ ਨਾ ਕਰੀਏ ਆਪਾਂ। ਪੋਹ ਦੇ ਮਹੀਨੇ 'ਚ ਯਾਰ ਅਸੀਂ ਤਾਂ ਜੇ ਸਾਡੇ ਪਿੰਡ ਮੌਤ ਹੋ ਜੇ ਤਾਂ ਆਪਾਂ ਤਾਂ ਵਿਆਹ ਕੈਂਸਲ ਕਰਨ ਵਾਲੇ ਬੰਦੇ ਹਾਂ, ਤੀਜੇ ਪਿੰਡ ਮੌਤ ਹੋ ਜੇ ਅਸੀਂ ਡੀਜੇ ਨਹੀਂ ਲਾਉਂਦੇ, ਸਾਡੇ ਹਰ ਤੰਬੂ 'ਚ ਬੰਦਾ ਮਰ ਰਿਹਾ ਯਾਰ, ਅਸੀਂ ਕਾਹਤੋਂ ਭੰਗੜੇ ਪਾਉਣ ਲੱਗੇ ਹਾਂ? ਉਹ 40 ਸਾਲ ਦਾ ਜਿਹੜਾ ਅੱਜ ਸ਼ਮਸ਼ੇਰ ਸਿੰਘ ਸ਼ਹੀਦ ਹੋਇਆ, 40 ਸਾਲ ਉਹਦੀ ਉਮਰ ਸੀ, 3 ਜਵਾਕ ਆ ਉਹਦੇ, 8 ਸਾਲ ਦਾ, 10 ਸਾਲ ਦੀ ਕੁੜੀ, 12 ਸਾਲ ਦਾ ਮੁੰਡਾ, ਯਾਰ ਕਿਹੜੇ ਮੂੰਹ ਨਾਲ ਸਟਾਲਿਨ ਉਹਦੀ ਲਾਸ਼ ਲੈ ਕੇ ਘਰੇ ਜਾ ਕੇ ਕਹੂਗਾ ਵੀ ਤੁਹਾਡਾ ਪਾਪਾ ਹੈ ਨਹੀਂ ਗਾ? ਯਾਰ ਸੋਚੀਏ ਯਾਰ ਅਸੀਂ ਕਿੱਥੇ ਬੈਠੇ ਹਾਂ, ਭੋਰਾ ਭੋਰਾ ਬੱਚਿਆਂ ਦੇ ਪਿਓ, ਭੋਰਾ ਭੋਰਾ ਬੱਚੇ, ਕੱਲ੍ਹ ਪਿਛਲੇ 24 ਘੰਟਿਆਂ 'ਚ ਅਸੀਂ 6 ਬੰਦੇ ਗਵਾ ਚੁੱਕੇ ਹਾਂ ਉਹਦੇ, ਕਿੰਨੀ ਕਿੰਨੀ ਸੋਚਣ ਦੀ ਲੋੜ ਆ ਯਾਰ ਸਾਨੂੰ। ਤੇ ਨਾ ਮੇਰੇ ਵੀਰ ਬਾਕੀ ਮੀਡੀਆ ਆ ਕੇ ਇੱਥੇ ਦਿਖਾਵੇ ਯਾਰ, ਮੋਦੀ ਮੀਡੀਆ, ਅੰਬਾਨੀ ਅਡਾਨੀਆਂ ਦਾ ਮੀਡੀਆ ਆ ਕੇ ਦਿਖਾਵੇ ਵੀ ਇਹ ਪਿਕਨਿਕ ਨਹੀਂ, ਸਾਡੇ ਸਾਡੀਆਂ ਲਾਸ਼ਾਂ ਜਾ ਰਹੀਆਂ ਐਂਬੂਲੈਂਸਾਂ 'ਚ ਰੋਜ਼, ਤੇ ਹੁਣ ਅਸੀਂ 12 ਦਿਨ ਲਾਸ਼ਾਂ ਵੀ ਲੈ ਕੇ ਜਾਣੀਆਂ, ਜਦੇ ਬੰਦੀਆਂ ਜਿਵੇਂ ਕਹਿਣਗੀਆਂ ਹੁਣ ਅਸੀਂ ਗਾਂਹ ਜਾਵਾਂਗੇ, ਤੂੰ ਸਾਡੇ ਬੈਠਿਆਂ 'ਤੇ ਗੋਲੀ ਮਾਰ ਦਿਓ ਯਾਰ, ਇਉਂ ਨਹੀਂ ਸਾਥੋਂ ਮਰਿਆ ਜਾਂਦਾ ਰੋਜ਼। ਤੇ ਬਾਕੀ ਸਾਰੇ ਸਿਆਣੇ ਹੋ ਗਏ ਮੇਰੇ ਭਰਾ ਰਹੋ, ਬਾਕੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ, ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ, ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਕਿਸਾਨ ਮਜ਼ਦੂਰ ਏਕਤਾ।